सत श्री अकाल जी सारे नूं, स्वागत है थोड़ा मंदर बाई यूट्यूब चैनल पर। तो अज आप वीडियो बनाने लगे जो झोना बे बीजा सी वो ते नदीना दे कंट्रोल करने वास्ते स्परे। आप पहला भी पिछले साल भी छिड़की सी ते भी कामयाब सी, काम यह माड़ा मोटा ही हुंदा। तो अज आप विखाने थोनू आह झोना जी जिहड़ा बीजा सी, बुधवार को बीजा सी ते वीरवार को लाया सी इहनू पानी, ते अज हैगा जी ऐतवार। ते अज इहदे च करी जांदे आ स्प्रे। ਉਹ ਪਰੇ ਵੀ ਕਿਰਾਇਆ ਲਵਾਈ ਜਾਂਦੇ, ਸ਼ਾਇਦ ਉਹ ਵੀ ਝੋਨਾ ਬੀਜਣਗੇ। ਉਹ ਚੜਕੀਆਂ ਦਾ ਗੁਰਪ੍ਰੀਤ ਸਪਰੇ, दवाई भी विखाने थोनू केड़ी है। हाँ वेखो ओरिया च तेड़ा जी पैन लग पी, चलो विखाने थोनू केड़ी स्प्रे करदा। हाँ देखो रंग स्प्रे दा, इतने माड़ी मोटी बारिश रुड़ जाती है। ਇਹਦੇ 'ਚ ਪਹਿਲਾਂ ਪਾਣੀ ਨਾ ਭਰ ਕੇ ਦੂਜੀ ਵੀ ਪਾਈ ਸੀ ਪਰਟੀਲਾ ਕਲੋਰ, ਪਰ ਪਹਿਲਾਂ ਹੀ ਪ੍ਰਬੰਧ ਕਰੀ ਜਾਂਦਾ ਆਪਦਾ ਵੀ ਮੁੜ ਕੇ ਨਾ ਠਿੱਠ ਕਰੇ। ਵੈਸੇ ਨਹੀਂ ਹੁੰਦਾ ਘਾਹ ਇੰਨਾ, ਨਹੀਂ ਹੁੰਦਾ ਇਹਨਾਂ ਵਾਹਣਾਂ 'ਚ, ਅਤੇ ਪਰ ਡਰ ਤਾਂ ਲੱਗਦਾ। ਘਾਹ ਨਾ ਹੋਣ ਦੇ ਵੀ ਕਾਰਨ ਹੈ ਕਿ ਇਹ ਜਿਹੜੇ ਇੱਧਰ ਬੋਰ ਲੱਗੇ ਹੋਏ ਉਹ 500 ਫੁੱਟ ਵਾਲੇ ਆ, ਉਹ ਪਾਣੀ ਨਿੱਘੇ ਜਿਹੇ ਪਾਣੀ ਵਾਲੇ ਹੈ। ਇੱਧਰ ਛਿੜਕਦੀ ਅਤੇ ਆਹ ਰਹਿ ਗਿਆ 1 ਕਿੱਲਾ। ਆਪਾਂ ਤੁਹਾਨੂੰ ਦਵਾਈ ਵੀ ਵਿਖਾਉਂਦੇ ਹਾਂ। ਪੈਂਡਾ ਮੇਥਲਿਨ 30% ਈਜ਼ੀ, ਇਹ ਦਵਾਈ ਹੈ। ਆਹ 1 ਕਿੱਲੇ ਦੀ ਡੋਜ਼ ਆ। ਇਹਦੇ ਨਾਲ ਇੱਕ ਆ ਉੱਗਰਦਾ ਨਹੀਂ ਗਾ, ਵਾਕਿਆ ਆਪਾਂ ਵੀ ਛਿੜਕੀ ਸੀ ਪਰ ਨਹੀਂ, ਮਾੜਾ ਮੋਟਾ ਪਿੱਛੇ ਉੱਗਰਿਆ ਹੁੰਦਾ ਅਤੇ ਇਹ ਤਾਂ ਨਹੀਂ ਉੱਗਰਦਾ। ਅਤੇ ਆਪਾਂ ਵਿਖਾਵਾਂਗੇ ਤੁਹਾਨੂੰ ਜਦੋਂ ਉੱਗਰਿਆ, ਬਸ 2-4 ਦਿਨਾਂ ਤਾਈਂ ਬਣ ਜੂਗੀ ਗੱਲ ਲੱਗਦਾ। ਸਾਡ
ਤੇ ਝੋਨੇ ਦੀ ਬਿਜਾਈ ਕਰੀ ਜਾਂਦੇ ਆ ਥੋੜੀ ਥੋੜੀ ਆਪਣੇ ਏਰੀਏ 'ਚ ਇੱਧਰ। ਤੇ ਬੀਜਾ ਮਾੜਾ ਨਹੀਂ ਗਾ, ਹੁਣ ਪਾਣੀ ਵੀ ਨਾਲੇ ਬੰਦ ਹੋ ਗਿਆ ਪਿੱਛੋਂ, ਆਹ ਕੱਤੀ ਦਾ ਪਾਣੀ ਆਉਂਦਾ, ਅੱਜ ਡਾਊਨ ਆ ਪਾਣੀ। ਇਹ ਸੀ ਜੀ ਆਪਣੇ ਅੱਜ ਦੀ ਵੀਡੀਓ, ਆਉਣਗੀਆਂ ਝੋਨੇ ਦੀਆਂ ਹੋਰ ਵੀ ਵੀਡੀਓ ਬਹੁਤ। ਅਤੇ ਆਪਣੇ ਚੈਨਲ 'ਤੇ ਨਵੇਂ ਆਏ ਤਾਂ ਕਰ ਲਓ ਸਬਸਕ੍ਰਾਈਬ, ਬੈੱਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਪਤਾ ਹੀ ਨਹੀਂ ਕਿਹੋ ਜਿਹੀਆਂ ਵੀਡੀਓ ਹੋਣੀਆਂ। ਕਿਉਂਕਿ ਹੁਣ ਜਿਹੜੇ ਆ ਝੋਨੇ ਬੀਜੇ ਆ ਇਹਨਾਂ ਦੀਆਂ ਵੀਡੀਓ ਆਉਣਗੀਆਂ ਵੀ ਇਹਨਾਂ 'ਚ ਕਿੰਨਾ ਕੁ ਗੰਦ ਹੁੰਦਾ ਜਾਂ ਨਹੀਂ ਹੁੰਦਾ, ਕਿੰਨਾ ਕਾਮਯਾਬ ਹੈ ਇਹ, ਅਤੇ ਫਿਰ ਵੀਡੀਓ ਪਹੁੰਚਦੀ ਰਹਿੰਦੀ ਹੈ। ਚਲੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ।